ਰਾਹ ਦਾ ਉਹੀ ਹਾਲ ਹੈ, ਲਾਇਨ ਆਊਟ ਦੀ ਉਹੀ ਹਾਲਤ ਹੈ। ਤਾਂ ਫਿਰ ਭਗਵੰਤ ਮਾਨ ਸਾਹਿਬ ਤੇਰੇ ਸਪਸ਼ਟੀਕਰਨ ਦੇਣ ਦੀ ਕੋਈ ਬਹੁਤੀ ਲੋੜ ਨਹੀਂ ਰਹਿ ਜਾਂਦੀ, ਜਿੱਦਾਂ ਤੁਸੀਂ ਗਵਰਨਰ ਸਾਹਿਬ ਦੇ ਚਿੱਠੀਆਂ ਦੇ ਉੱਤੇ ਜੋ ਕ੍ਰਾਈਮ ਮਿਸਟੇਕਲ ਪੜ੍ਹ ਕੇ ਸੁਣਾਈ ਆਈ ਦੇ ਪਰਚੇ ਫਲਾਣੇ ਨੇ ਤੇ ਇੰਨੇ ਫਲਾਣੇ ਨੇ ਤੇ ਸਾਡੇ ਦਾ ਪ੍ਰਚੂਰ ਕੋਲੋਂ ਵਿਕੀ ਜਾਂਦਾ ਹੈ। ਰੌਲੇ ਪਰਚਿਆਂ ਦੀ ਗਿਣਤੀ ਨਾਲ ਨਹੀਂ ਹੈ ਮਸਲਾ, ਇਸ ਗੱਲ ਦਾ ਵੀ ਜਿਹੜਾ ਕ੍ਰਾਈਮ ਹੈ ਘਟਿਆ ਕਿਸ ਹੱਦ ਤੱਕ। ਪਰਚੇ ਤਾਂ ਦੇ ਦਿਓ, ਹਜ਼ਾਰਾਂ ਦੀ ਗਿਣਤੀ ਦਿਖਾ ਦਿਓ ਤੁਸੀਂ, 26,000 ਕਰ ਦਿਓ, 30,000 ਕਰ ਦਿਓ, ਉਹਦੇ ਨਾਲ ਕੀ ਫਰਕ ਪੈਣ ਲੱਗਿਆ। ਰੌਲਾ ਤਾਂ ਇਸ ਗੱਲ ਦਾ ਵੀ ਜਿਹੜੀ ਤੁਹਾਡੀ ਅਪਰੋਚ ਹੈ ਉਹ ਗਰਾਊਂਡ ਲੈਵਲ ਤੱਕ ਪਹੁੰਚੀਏ ਕਿ ਨਹੀਂ ਪਹੁੰਚੀਏ। ਪਰਚੇ ਤਾਂ ਅੰਕੜੇ ਤਾਂ ਰਿਕਾਰਡ ਦੀ ਖੇਡਦੇ, ਉਹਦਾ ਘਟਾ ਵੀ ਲੈ ਜਾਂਦੇ ਆ, ਵਧਾ ਵੀ ਲੈ ਜਾਂਦੇ ਆ।